सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। इस वेले दी अहम खबर आ रही है पटियाला तो नाजायज कब्जे नु लेके पुलिस ने वड्डी कारवाई अमल दे विच लियांदी है। मामला है पटियाला राजपुरा रोड ते स्थित कबाड़ी मार्केट दा। कबाड़ी मार्केट च उस समय हफड़ा तफड़ी मच गई जदों ट्रैफिक पुलिस क्रेना समेत मार्केट दे अंदर वड़ गई। मामला सी कबाड़ी मार्केट च दुकानदारां वल्लों कीते नाजायज कब्जियां दा। ट्रैफिक पुलिस दे वल्लों हजे क्रेना नाल वड्डे जनरेटर चुकणे शुरू ही कीते सन कि दुकानदारां च भज दौड़ मच गई। इस मौके दुकानां अगे खड़ियां गड्डियां दे चलान भी कटे गए। मौके ते मौजूद ट्रैफिक अधिकारियां ने दस्सिया कि वड्डे अधिकारियां दी हदायतां दे अनुसार अज इह कारवाई अमल विच लियांदी गई है ते नाल ही उन्हां कहा कि जेकर दुकानदारां वल्लों दो दिनां च इह नाजायज कब्जे ना हटाए गए ਤਾਂ ਸਾਨੂੰ ਇਸ ਤੋਂ ਵੀ ਵੱਡੀ ਕਾਰਵਾਈ ਕਰਨੀ ਪਏਗੀ। ਜੋ SSP ਸਾਹਿਬ ਸਰਦਾਰ ਮਨਜੀਤ ਸਿੰਘ ਸਿੱਧੂ SSP ਪਟਿਆਲਾ ਨੇ ਅਤੇ ਨਾਲ SP ਸਰਦਾਰ ਬਲਵਿੰਦਰ ਸਿੰਘ ਚੀਮਾ ਤੇ DSP ਅਚੂ ਰਾਮ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿੱਥੇ ਵੀ ਕੋਈ ਟ੍ਰੈਫਿਕ ਦੀ ਰੁਕਾਵਟ ਆਉਂਦੀ ਹੈ ਉਹਨੂੰ ਆਪਾਂ ਹੱਲ ਕਰਨਾ। ਇੱਥੇ ਸਾਨੂੰ ਸ਼ਿਕਾਇਤ ਆਈ ਸੀ ਕਬਾੜੀਆ ਮਾਰਕੀਟ ਦੇ ਵਿੱਚ ਜਿਹੜੇ ਸੜਕਾਂ 'ਤੇ ਵਹੀਕਲ ਖੜਾਏ ਹੋਏ ਨੇ ਉਹਨਾਂ ਨੂੰ ਅੱਜ ਅਸੀਂ ਆਏ ਹਾਂ ਕਿ ਜਿਹੜੇ ਤਾਂ ਵਹੀਕਲ ਰੋਂਗ ਪਾਰਕਿੰਗ ਨੇ ਉਹਨਾਂ ਦਾ ਚਲਾਨ ਕਰ ਰਹੇ ਹਾਂ। ਕੁਝ ਬੰਦਿਆਂ ਨੂੰ ਅਸੀਂ ਇਕੱਠੇ ਕਰਕੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਨੇ ਰਿਲੈਕਸੇਸ਼ਨ ਮੰਗੀ ਹੈ ਵੀ ਸਾਨੂੰ 1-2 ਦਿਨਾਂ ਦੇ ਵਿੱਚ ਕੁਝ ਜਨਰੇਟਰ ਨੇ ਜਾਂ ਹੋਰ ਕਿਤੇ ਨਾ ਕਿਤੇ ਵਾਰਨਿੰਗ ਪਹਿਲੇ ਵੀ ਦਿੱਤੀ ਗਈ ਸੀ ਇਹਨਾਂ ਨੂੰ ਪਰ ਉਸ ਵਾਰਨਿੰਗ ਨੂੰ ਵੀ ਇਹਨਾਂ ਨੇ ਕੁਛ ਨਹੀਂ ਸਮਝਿਆ ਉਹਦੀ ਵੀ ਧੱਜੀਆਂ ਉਡਾਈ ਜਾ ਰਹੀਆਂ ਨੇ। ਹੁਣ ਵੀ ਤੁਹਾਡੇ ਸਾਹਮਣੇ ਰੋਡਾਂ ਦੇ ਉੱਪਰ ਸਾਰੀਆਂ ਗੱਡੀਆਂ ਟਰੈਕਟਰ ਜਨਰੇਟਰ ਖੜੇ ਹੋਏ ਨੇ ਅਤੇ ਅੱਜ ਚਲਾਨ ਕਰੋਗੇ ਜਾਂ ਹਜੇ ਵੀ ਵਾਰਨਿੰਗ ਦਿਓਗੇ? ਨਹੀਂ ਨਹੀਂ ਚਲਾਨ ਤੁਹਾਡੇ ਸਾਹਮਣੇ ਕੀਤੇ ਨੇ ਜੀ, ਤੁਹਾਡੇ ਸਾਹਮਣੇ ਚਲਾਨ ਵੀ ਕੀਤੇ ਨੇ। ਜਿਹੜੇ ਜਿੱਥੇ ਸਾਨੂੰ ਚਲਾਨ ਕਰਨ ਦੀ ਲੋੜ ਪੈ ਰਹੀ ਆ ਉੱਥੇ ਆ, ਜਿਹੜੇ ਰਿਕੁਐਸਟ ਕਰਕੇ ਗੱਡੀਆਂ ਭਰੇ ਲੈ ਜਾਂਦੇ ਨੇ। ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਆ, ਗੱਡੀ ਖੜੀ ਹੁੰਦੀ ਆ। ਸਰ ਹਰ ਵਾਰ ਇਹ ਰਿਕੁਐਸਟ ਹੀ ਕਰਦੇ ਨੇ ਤੇ ਉਸ ਰਿਕੁਐਸਟ ਨੂੰ ਰਿਕੁਐਸਟ ਨਹੀਂ ਸਮਝਦੇ ਆ? ਨਹੀਂ ਅਸੀਂ ਸਾਨੂੰ ਉੱਥੇ ਖੜੀ ਹੋਏਗੀ, ਤੁਹਾਡੇ 2 ਘੰਟੇ ਬਾਅਦ ਵੀ ਫਿਰ ਹੀ ਗੱਡੀ ਖੜੀ ਰਹੇਗੀ ਉੱਥੇ, ਉਸਦਾ ਕੀ ਕਰੋਗੇ ਤੁਸੀਂ? ਨਹੀਂ ਅਸੀਂ ਲਗਾਤਾਰ ਮੁਹਿੰਮ ਜਾਰੀ ਰਹੂਗੀ। ਸਾਡੇ ਮਾਰਸ਼ਲ ਨੇ, ਟ੍ਰੈਫਿਕ ਮਾਰਸ਼ਲ ਨੇ ਛਾਬੜਾ ਜੀ ਅਤੇ ਮੇਰੀ ਟੀਮ ਹੈ ਅਤੇ ਕਿਉਂਕਿ ਆਪਾਂ ਇੱਕ ਮਾਰਕੀਟ ਵੱਲੋਂ ਸਹਿਯੋਗ ਦੇ ਰਹੇ ਨੇ ਅਤੇ ਸਹਿਗਲ ਸਾਹਿਬ ਪ੍ਰਧਾਨ ਜੀ ਨੇ ਇਹ ਕਹਿੰਦੇ ਵੀ ਮੇਰੀ ਜ਼ਿੰਮੇਵਾਰੀ ਆ। ਅਗਰ ਜੇ ਸਾਤੋਂ 2 ਘੰਟਿਆਂ ਦੀ ਮੁਹਲਤ ਮੰਗ ਰਹੇ ਨੇ ਤਾਂ ਇਹ 'ਚ ਕੋਈ ਨੁਕਸਾਨ ਨਹੀਂ ਹੈ, ਜੇ ਆਪਣਾ ਆਪਣਾ ਜਗ੍ਹਾ 'ਤੇ ਇਹ ਸਮਾਨ ਪਰੇ ਕਰ ਲੈਣਗੇ। ਜੇਕਰ ਨਹੀਂ ਕਰਨਗੇ ਤਾਂ ਉਹ ਕਾਨੂੰਨੀ ਕਾਰਵਾਈ ਸਭ 'ਤੇ ਹੋ। ਪਹਿਲੀ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਪਟਿਆਲੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਏਸ਼ੀਆ ਦੀ ਸਭ ਤੋਂ ਬਿਗੈਸਟ ਮਾਰਕੀਟ ਹੈਗੀ ਔਰ 2006 ਦੇ ਵਿੱਚ ਇੱਥੇ ਸ਼ਿਫਟ ਹੋਈ ਸੀਗੀ। ਜਿਸ ਟਾਈਮ ਗੱਲ ਆ ਜਾਂਦੀ ਹੈ ਇਨਕਰੋਚਮੈਂਟ ਦੀ, ਕਿਉਂਕਿ ਕਈ ਵਾਰੀ ਨਾ ਐਸਾ ਸਿਸਟਮ ਹੁੰਦਾ ਕਿ ਸਰਕਾਰ ਆਪਸ਼ਨਾਂ ਕਰਦੀ ਹੈ ਔਰ ਉਹ ਮਾਲ ਆ ਜਾਂਦਾ ਇੱਥੇ, ਉਹ ਇਕੱਠਾ ਜਦੋਂ ਲਾਟ ਦੇ ਸਿਸਟਮ ਦੇ ਵਿੱਚ ਆਉਂਦਾ ਉਹਨੂੰ ਸੰਭਾਲਣ ਕਰਨ ਨੂੰ ਟਾਈਮ ਲੱਗਦਾ। ਜਦੋਂ ਮਾਲ ਡਿਸਮੈਂਟਲ ਹੋਏਗਾ ਉਹ ਕਲੀਨ ਹੋ ਜਾਏਗਾ। ਜਿਹੜੀ ਅੱਜ ਦੀ ਇਨਕਰੋਚਮੈਂਟ ਦੀ ਗੱਲ ਹੈਗੀ, ਇਸ ਤੋਂ ਪਹਿਲੇ ਵੀ ਮੇਰਾ ਖਿਆਲ 50 ਵਾਰੀ ਮੀਟਿੰਗਾਂ ਹੋ ਗਈਆਂ। ਉਹਦੇ DC ਸਾਹਿਬ ਨੇ ਸੂਬੇ ਸਿੰਘ ਜੀ ਨੂੰ ਭੇਜਿਆ ਸੀਗਾ, SP ਸਾਹਿਬ ਘੁੰਮਣ ਸਾਹਿਬ ਵੀ ਆਏ ਸੀ, ਰਾਹੁਲ ਕੌਂਸਲ ਜੀ ਵੀ ਆਏ ਸੀਗੇ ਅਤੇ ਕਰਨੈਲ ਸਿੰਘ, ਸਾਰੀ ਟੀਮ, ਜਿਹੜਾ ਜ਼ਿਲ੍ਹਾ ਪ੍ਰਸ਼ਾਸਨ SDN ਸਾਹਿਬ ਚਹਿਲ ਸਾਹਿਬ ਸੀਗੇ ਉਸ ਟਾਈਮ, ਵੀ ਸਾਰਾ ਪ੍ਰਸ਼ਾਸਨ ਇੱਥੇ ਆਇਆ। ਸਾਡਾ ਜਿਹੜਾ ਸੰਯੋਗ ਹੈਗਾ ਸਾਰੀ ਮਾਰਕੀਟ ਦਾ ਪ੍ਰਸ਼ਾਸਨ ਨੂੰ ਹੈਗਾ। ਕੱਲ੍ਹ ਵੀ ਇਸ ਗੱਲ 'ਤੇ ਸਾਡੀ ਗੱਲ ਹੋਈ ਸੀਗੀ, ਕਿਉਂਕਿ ਇਹ ਵਿਦਿਨ ਮਿੰਟ ਨਹੀਂ ਰਿਮੂਵ ਹੋ ਸਕਦਾ। ਇਹ ਜਿਹੜਾ ਹੈਗਾ ਸਮਾਨ ਥੋੜ੍ਹਾ ਭਾਰੀ ਹੈ, ਉਸ ਵਾਸਤੇ ਪ੍ਰਸ਼ਾਸਨ ਨਾਲ ਸਾਡੀ ਇਹੀ ਗੱਲ ਹੋਈ ਹੈ ਵੀ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਦੇ ਕੇ, ਕਿਉਂਕਿ ਪਟਿਆਲੇ ਸ਼ਹਿਰ ਦੇ ਵਸਨੀਕ ਹੈਗੇ ਔਰ ਮਾਰਕੀਟ ਦੀ ਡਿਵੈਲਪਮੈਂਟ ਜਿਹੜੀ ਹੈਗੀ ਉਹ CM ਸਾਹਿਬ ਕਰਵਾ ਰਹੇ ਹਾਂ, ਮਹਾਰਾਣੀ ਸਾਹਿਬ ਕਰਵਾ ਰਹੇ ਹਾਂ, ਮੇਰੇ ਸਾਹਿਬ ਕਰਵਾ ਰਹੇ ਹਾਂ, ਇੰਪਰੂਵਮੈਂਟਸ ਦੀ ਜਗ੍ਹਾ ਹੈਗੀ, ਇਹ ਮਾਰਕੀਟ ਦੀ ਡਿਵੈਲਪਮੈਂਟ ਅਸੀਂ ਆਪ ਚਾਹੁੰਦੇ। ਲੇਕਿਨ ਅੱਜ ਜਿਹੜਾ ਹੈਗਾ ਵੀ ਇਹ ਬੜਾ ਵਧੀਆ ਕਦਮ ਹੈ ਪ੍ਰਸ਼ਾਸਨ ਦਾ ਵੀ ਔਰ ਅਸੀਂ ਸਾਰੇ ਜਿੰਨੇ ਦੁਕਾਨਦਾਰ ਭਰਾ ਹੈਗੇ ਸਾਰੇ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਔਰ ਸਾਰੇ ਇਸਦਾ ਸਾਥ ਦੇਣਗੇ। ਕੋਈ ਸਾਡੇ ਵੱਲੋਂ, ਕਿਸੇ ਦੁਕਾਨਦਾਰ ਵੱਲੋਂ ਇਸ ਦੇ ਖਿਲਾਫ ਕੋਈ ਸਾਡਾ 1% ਵੀ ਨਹੀਂ ਹੋਏਗਾ। ਅਸੀਂ ਮੈਕਸੀਮਮ ਸਹਿਯੋਗ ਦੇ ਕੇ ਆਪਣੇ ਦੁਕਾਨਦਾਰ ਭਰਾਵਾਂ ਨੂੰ ਇਹ ਗੱਲ ਕਰਦੇ ਹਾਂ ਵੀ ਜਿਸ ਤਰ੍ਹਾਂ ਸ਼ਹਿਰ ਦੀ ਸਫਾਈ ਹੋਈ ਹੈ, ਵੀ ਜਿਹੜੀ ਇਹ ਬਿਮਾਰੀ ਕੋਵਿਡ ਵਾਲੀ ਚੱਲ ਰਹੀ ਹੈਗੀ ਸਾਰੀ ਦੁਨੀਆ 'ਚ ਫੈਲੀ ਪਈ ਹੈ, ਉਸ ਨੂੰ ਵੀ ਮੱਦੇਨਜ਼ਰ ਰੱਖਦੇ ਵੀ ਕੱਲ੍ਹ ਨੂੰ ਕੋਈ ਐਸੀ ਭਿਆਨਕ ਬਿਮਾਰੀ ਨਾ ਆਵੇ ਜਿਹਦੇ ਕਰਕੇ ਮਾਰਕੀਟ ਸੀਲ ਹੋਵੇ।